ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ ਯੂਟਿਊਬ ਚੈਨਲ ਦੇ ਉੱਪਰ। PSTET ਅਤੇ CTET ਦੀ ਪ੍ਰੈਪਰੇਸ਼ਨ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਅਸੀਂ ਲੈ ਕੇ ਆਏ ਜੀ ਸੋਲਵ ਪੇਪਰ 2011 ਦਾ ਪੰਜਾਬੀ ਦਾ ਪੈਡਾਗੋਗੀ। ਔਰ ਇਸ ਤੋਂ ਪਹਿਲਾਂ 16 ਨੰਬਰ ਤੋਂ ਜਿਹੜੇ ਪਹਿਲਾਂ ਕੁਐਸਚਨ ਨੇ ਉਹ ਪੈਰੇ ਦੇ ਵਿੱਚੋਂ ਪੁੱਛੇ ਜਾਂਦੇ ਨੇ, ਜਿਹੜੇ ਕਿ ਆਸਾਨੀ ਨਾਲ ਲਗਭਗ ਮਿਲ ਜਾਂਦੇ ਨੇ। ਔਰ ਕੁਛ ਕੁਐਸਚਨ ਜਿਹੜੇ ਪੈਡਾਗੋਗੀ ਦੇ ਆਉਂਦੇ ਨੇ ਉਹ ਵਿਆਕਰਨ ਦੇ ਵਿੱਚੋਂ ਪੁੱਛੇ ਜਾਂਦੇ ਨੇ। ਸੋ ਉਹ ਜਿਹੜੇ ਵਿਆਕਰਨ ਵਾਲੇ ਕੁਐਸਚਨ ਨੇ ਉਹ ਆਪਾਂ ਸੋਲਵ ਕਰਾਂਗੇ, ਜਿਸ ਦੇ ਨਾਲ ਕਿ ਕਾਫ਼ੀ ਜ਼ਿਆਦਾ ਆਪਾਂ ਨੂੰ ਹੈਲਪ ਮਿਲੇਗੀ ਜਿਹੜੀ ਪੈਡਾਗੋਗੀ ਦਾ ਪੋਰਸ਼ਨ ਆਉਂਦਾ ਸੀ ਟੈਟ ਦੇ ਵਿੱਚ ਔਰ PSTET 1 or 2 ਦੇ ਵਿੱਚ ਉਸਨੂੰ ਹੱਲ ਕਰਨ ਦੇ ਵਿੱਚ। ਸੋ 16 ਨੰਬਰ ਕੁਐਸਚਨ ਹੈ, ਪੰਜਾਬੀ ਵਿਅੰਜਨਾਂ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ? ਆਪਸ਼ਨ 1 ਹੈ ਜੀ 8, ਆਪਸ਼ਨ 2 ਹੈ 5, ਆਪਸ਼ਨ 3 ਹੈ 3 ਜੀ, ਆਪਸ਼ਨ 4 ਹੈ 10। ਤਾਂ ਇਸਦਾ ਜਿਹੜਾ ਆਨਸਰ ਹੈ ਉਹ ਹੈ ਜੀ ਆਪਸ਼ਨ 4, 10। ਜਿਹੜੇ ਆਪਾਂ ਪੰਜਾਬੀ ਵਿਆਕਰਨ ਦੀਆਂ ਵੀਡੀਓ 4 ਭਾਗ ਹੁਣ ਤੱਕ ਕੀਤੇ ਨੇ ਉਸ ਦੇ ਵਿੱਚ ਬਹੁਤ ਡਿਟੇਲ ਦੇ ਨਾਲ ਸਵਰ ਅਤੇ ਵਿਅੰਜਨਾਂ ਦਾ ਜਿੰਨੇ ਵੀ ਕੁਐਸਚਨ ਬਣਦੇ ਨੇ ਉਹ ਸਾਰੇ ਆਪਾਂ ਕੀਤੇ ਹੋਏ ਨੇ। ਉਸ ਦੀ ਹੈਲਪ ਦੇ ਨਾਲ ਤੁਸੀਂ ਜਿਹੜਾ ਪ੍ਰੈਪਰੇਸ਼ਨ ਆਪਣੀ ਕਰ ਸਕਦੇ ਹੋ। ਜੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਉਹਨਾਂ ਵੀਡੀਓ ਦੀ ਹੈਲਪ ਦੇ ਨਾਲ ਤੁਸੀਂ ਜਿਹੜਾ ਪੰਜਾਬੀ ਵਾਲਾ ਪੋਰਸ਼ਨ ਹੈ ਉਹ ਕਵਰ ਕਰ ਸਕਦੇ ਹੋ। ਨੈਕਸਟ ਹੈ ਜੀ, ਪੰਜਾਬੀ ਵਿੱਚ ਸਵਰ ਕਿੰਨੇ ਹਨ? ਆਪਸ਼ਨ ਏ ਹੈ ਜੀ 2, ਆਪਸ਼ਨ 2 ਹੈ ਜੀ 3, ਆਪਸ਼ਨ 3 ਹੈ ਜੀ 4, ਆਪਸ਼ਨ 4 ਹੈ ਜੀ 5। ਤਾਂ ਇਸਦਾ ਜਿਹੜਾ ਆਨਸਰ ਹੈ ਉਹ ਹੈ ਜੀ 2, 3। ਪੰਜਾਬੀ ਦੇ ਵਿੱਚ ਜਿਹੜੇ ਸਵਰ ਨੇ ਉਹ 3 ਨੇ, ਊੜਾ, ਐੜਾ ਅਤੇ ਈੜੀ। ਨੈਕਸਟ ਹੈ ਜੀ ਕੁਐਸਚਨ ਨੰਬਰ 18, ਆਪਣਾ ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਗਲਤ ਹੈ? ਆਪਸ਼ਨ ਏ ਹੈ ਜੀ ਉਪਮਾ, ਆਪਸ਼ਨ 2 ਹੈ ਜੀ ਸ਼ਲਾਘਾ, ਆਪਸ਼ਨ 3 ਹੈ ਜੀ ਨਿੰਦਿਆ, ਆਪਸ਼ਨ 4 ਹੈ ਜੀ ਪ੍ਰਸ਼ੰਸਾ। ਤਾਂ ਆਪਾਂ ਦੇਖਣਾ ਕਿ ਇਹਨਾਂ ਦੇ ਵਿੱਚੋਂ ਕਿਹੜਾ ਅਲੱਗ ਹੈ, ਕਿਹੜਾ ਇਹਨਾਂ ਦੇ ਵਿੱਚੋਂ ਜਿਹੜਾ ਇਹਨਾਂ ਦੇ ਨਾਲ ਮੇਲ ਨਹੀਂ ਖਾਂਦਾ ਗਲਤ ਹੈ। ਤਾਂ ਜਿਹੜੇ ਸ਼ਬਦ ਉਪਮਾ, ਸ਼ਲਾਘਾ ਅਤੇ ਪ੍ਰਸ਼ੰਸਾ ਇਹ ਜਿਹੜੇ ਨੇ ਸਮਾਨ ਅਰਥਕ ਸ਼ਬਦ ਨੇ, ਇਹਨਾਂ ਦਾ ਅਰਥ ਇੱਕੋ ਹੀ ਹੈ। ਨਿੰਦਿਆ ਸ਼ਬਦ ਜਿਹੜਾ ਇਹਨਾਂ ਦੇ ਬਿਲਕੁਲ ਵਿਰੋਧੀ ਸ਼ਬਦ ਹੈ। ਤਾਂ ਸਾਡਾ ਜਿਹੜਾ ਆਨਸਰ ਹੋਏਗਾ ਉਹ ਹੋਏਗਾ ਜੀ ਆਪਸ਼ਨ 3, ਨਿੰਦਿਆ। ਅੱਗੇ ਹੈ ਜੀ ਕੁਐਸਚਨ ਨੰਬਰ 19, ਹੇਠ ਲਿਖਿਆ ਵਾਕਾਂ ਵਿੱਚੋਂ ਕਿਹੜਾ ਗਲਤ ਹੈ? ਆਪਸ਼ਨ 1 ਹੈ ਜੀ ਰਿਸ਼ੀ ਨੇ ਘੋੜੀ ਮੁੱਲ ਲਈ ਹੈ, ਆਪਸ਼ਨ 2 ਹੈ ਜੀ ਅਸੀਂ ਦੁੱਧ ਪੀਂਦੇ ਹਾਂ, ਆਪਸ਼ਨ 3 ਹੈ ਹਰੀ ਸਾਰੇ ਸਵਾਲ ਕੱਢੇ, ਆਪਸ਼ਨ 4 ਹੈ ਜੀ ਹਾਥੀ ਨੂੰ ਤਬੇਲੇ ਵਿੱਚ ਬੰਨੋ। ਤਾਂ ਇਸਦਾ ਜਿਹੜਾ ਆਪਸ਼ਨ ਹੈ ਉਹ ਹੈ ਆਨਸਰ ਆਪਸ਼ਨ 3। ਇੱਥੇ ਜਿਹੜਾ ਆਪਸ਼ਨ 3 ਹੈ ਜਿਹੜਾ ਗਲਤ ਹੈ, ਕਿਉਂਕਿ ਜਿਹੜਾ ਇਸ ਦੇ ਵਿੱਚ ਸੰਬੰਧਕ ਦੀ ਵਰਤੋਂ ਉਹ ਨਹੀਂ ਕੀਤੀ ਗਈ। ਆਪਸ਼ਨ 3 ਦੇ ਵਿੱਚ ਆਉਣਾ ਸੀ ਹਰੀ ਨੇ ਸੰਬੰਧਕ ਦੀ ਇੱਥੇ ਵਰਤੋਂ ਆਉਣੀ ਸੀ, ਸਾਰੇ ਸਵਾਲ ਕੱਢੇ, ਇਸ ਕਰਕੇ ਤੀਜਾ ਜਿਹੜਾ ਉਹ ਗਲਤ ਹੈ। ਅੱਗੇ ਹੈ ਜੀ ਕੁਐਸਚਨ ਨੰਬਰ 20, ਕਿਹੜਾ ਵਾਕ ਵਿੱਚ ਵਿਸਮਕ ਚਿੰਨ੍ਹ ਦੀ ਵਰਤੋਂ ਸਹੀ ਹੋਈ ਹੈ? ਹੈ, ਤੂੰ, ਫੇਲ ਹੋ ਗਿਆ, ਡੰਡੀ ਲੱਗ ਕੇ ਨੀਚੇ ਜਿਹੜੀ ਬਿੰਦੀ ਲੱਗਦੀ ਹੈ ਇਸ ਨੂੰ ਵਿਸਮਕ ਚਿੰਨ੍ਹ ਕਿਹਾ ਜਾਂਦਾ ਹੈ। ਆਪਸ਼ਨ 2 ਹੈ ਤੂੰ ਫੇਲ ਹੋ ਗਿਆ, ਹੈ ਤੂੰ ਫੇਲ ਹੋ ਗਿਆ, 4 ਹੈ ਤੂੰ ਫੇਲ ਹੋ ਗਿਆ, ਅੰਤ ਦੇ ਵਿੱਚ ਜਿਹੜੀ ਡੰਡੀ ਵਿਸਮਕ ਚਿੰਨ੍ਹ ਹੈ ਉਹ ਲਾਇਆ ਹੋਇਆ ਹੈ। ਜਿਹੜੇ ਸ਼ਬਦ ਕਿਸੇ ਨੂੰ ਬੁਲਾਉਣ ਜਾਂ ਮਨ ਦੀ ਖੁਸ਼ੀ, ਗਮੀ ਜਾਂ ਹੈਰਾਨੀ ਦੇ ਭਾਵਾਂ ਨੂੰ ਪ੍ਰਗਟ ਲਈ ਕਰਨ ਲਈ ਵਰਤੇ ਜਾਂਦੇ ਨੇ ਉਹਨਾਂ ਨੂੰ ਵਿਸਮਕ ਕਿਹਾ ਜਾਂਦਾ ਹੈ। ਔਰ ਵਿਸਮਕ ਚਿੰਨ੍ਹ ਹੈ ਜਿਹੜਾ, ਜਿਹੜੇ ਸ਼ਬਦ ਨਾਲ ਅਸੀਂ ਆਪਣੇ ਹਾਵ ਭਾਵ ਪ੍ਰਗਟ ਕਰਦੇ ਹਾਂ, ਹੈਰਾਨੀ ਨੂੰ, ਖੁਸ਼ੀ ਨੂੰ, ਗਮੀ ਨੂੰ ਪ੍ਰਗਟ ਕਰਦੇ ਹਾਂ ਜਿਹੜੇ ਸ਼ਬਦ ਦੇ ਨਾਲ, ਉਸ ਤੋਂ ਤੁਰੰਤ ਬਾਅਦ ਦੇ ਵਿੱਚ ਲੱਗਦਾ। ਤਾਂ ਇੱਥੇ ਜਿਹੜਾ ਹੈ ਉਹ ਆਪਣੀ ਹੈਰਾਨੀ ਨੂੰ ਕਹਿ ਸਕਦੇ ਹਾਂ ਆਪਾਂ ਪ੍ਰਗਟ ਕੀਤਾ ਹੈ ਸ਼ਬਦ ਦੇ ਨਾਲ, ਤਾਂ ਹੈ ਤੋਂ ਤੁਰੰਤ ਬਾਅਦ ਜਿਹੜਾ ਵਿਸਮਕ ਚਿੰਨ੍ਹ ਲੱਗਾ ਉਸ ਦੀ ਠੀਕ ਵਰਤੋਂ ਹੋਈ ਹੈ। ਤਾਂ ਸਾਡਾ ਜਿਹੜਾ ਆਨਸਰ ਹੈ ਉਹ ਹੈ ਆਪਸ਼ਨ 1, ਹੈ ਤੂੰ ਫੇਲ ਹੋ ਗਿਆ। ਅੱਗੇ ਹੈ ਜੀ ਪੰਜਾਬੀ ਭਾਸ਼ਾ ਦੀ ਜਨਮਦਾਤੀ ਭਾਸ਼ਾ ਕਿਹੜੀ ਹੈ? ਆਪਸ਼ਨ 1 ਹੈ ਜੀ ਰੋਮਨ, ਆਪਸ਼ਨ 2 ਹੈ ਵੈਦਿਕ ਸੰਸਕ੍ਰਿਤ, ਆਪਸ਼ਨ 3 ਹੈ ਹਿੰਦੀ, ਆਪਸ਼ਨ 4 ਹੈ ਜੀ ਫਾਰਸੀ। ਤਾਂ ਇਸਦਾ ਜਿਹੜਾ ਆਨਸਰ ਹੈ ਉਹ ਹੈ ਜੀ ਆਪਸ਼ਨ 2, ਵੈਦਿਕ ਸੰਸਕ੍ਰਿਤੀ ਜਿਹੜੀ ਉਹ ਪੰਜਾਬੀ ਭਾਸ਼ਾ ਦੀ ਜਨਮਦਾਤੀ ਹੈ। ਅੱਗੇ ਹੈ ਜੀ ਆਪਣਾ ਕੁਐਸਚਨ ਨੰਬਰ 22, ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਢੁਕਵੀਂ ਹੈ ਜਾਂ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ? ਬਹੁਤ ਹੀ ਮਹੱਤਵਪੂਰਨ ਕੁਐਸਚਨ ਹੈ, ਲਾਸਟ ਐਗਜ਼ਾਮ ਦੇ ਵਿੱਚ ਵੀ ਇਹ ਜਿਹੜਾ ਕੁਐਸਚਨ ਹੈ ਪੁੱਛਿਆ ਗਿਆ ਸੀ। ਆਪਸ਼ਨ ਏ ਹੈ ਜੀ ਸ਼ਾਹਮੁਖੀ, ਆਪਸ਼ਨ 2 ਹੈ ਜੀ ਰੋਮਨ, ਆਪਸ਼ਨ 3 ਹੈ ਜੀ ਦੇਵਨਾਗਰੀ, ਆਪਸ਼ਨ 4 ਹੈ ਜੀ ਗੁਰਮੁਖੀ। ਤਾਂ ਇਸਦਾ ਜਿਹੜਾ ਆਨਸਰ ਹੈ ਉਹ ਹੈ ਆਪਸ਼ਨ 4, ਗੁਰਮੁਖੀ ਲਿਪੀ ਜਿਹੜੀ ਹੈ ਉਹ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਸਭ ਤੋਂ ਢੁਕਵੀਂ ਲਿਪੀ ਹੈ।
ਔਰ ਜਿਹੜੀ ਰੋਮਨ ਹੈ ਅੰਗਰੇਜ਼ੀ ਭਾਸ਼ਾ ਲਈ ਔਰ ਜਿਹੜੀ ਦੇਵਨਾਗਰੀ ਹੈ ਹਿੰਦੀ ਭਾਸ਼ਾ ਦੇ ਲਈ ਵਰਤੀ ਜਾਂਦੀ ਹੈ। ਨੈਕਸਟ ਹੈ ਜੀ, ਕਾਰਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਕੁਐਸਚਨ ਨੰਬਰ ਆਪਣਾ 23 ਹੈ। ਆਪਸ਼ਨ 1 ਹੈ ਜੀ 8, ਆਪਸ਼ਨ 2 ਹੈ 7, ਆਪਸ਼ਨ 3 ਹੈ 5, ਆਪਸ਼ਨ 4 ਹੈ 3। ਤਾਂ ਇਸਦਾ ਜਿਹੜਾ ਆਨਸਰ ਹੈ ਆਪਸ਼ਨ 1 ਹੈ ਜੀ 8। ਕਾਰਕ ਜਿਹੜੇ ਨੇ 8 ਪ੍ਰਕਾਰ ਦੇ ਹੁੰਦੇ ਨੇ ਔਰ ਬਹੁਤ ਜਲਦੀ ਕਾਰਕ ਔਰ ਜਿੰਨੇ ਵੀ ਆਪਣੇ ਟੋਪਿਕ ਰਹਿੰਦੇ ਨੇ ਨਾਮ ਪੜਨਾਮ ਵਗੈਰਾ ਦੇ ਵੀ ਬਹੁਤ ਜਲਦੀ ਕੋਸ਼ਿਸ਼ ਕਰਾਂਗੇ ਕਿ ਅਪਲੋਡ ਕਰ ਦਈਏ। ਨੈਕਸਟ ਹੈ ਜੀ 24, ਪਜਾਮਾ ਸ਼ਬਦ ਨਾਮ ਦੀ ਕਿਸਮ ਹੈ। ਆਪਸ਼ਨ 1 ਹੈ ਜੀ ਖਾਸ ਨਾਮ, ਆਪਸ਼ਨ 2 ਹੈ ਜੀ ਆਮ ਨਾਮ, ਆਪਸ਼ਨ 3 ਹੈ ਜੀ ਇਕੱਠਵਾਚਕ ਨਾਮ, ਆਪਸ਼ਨ 4 ਹੈ ਜੀ ਭਾਵਵਾਚਕ ਨਾਮ। ਤਾਂ ਇਸਦਾ ਜਿਹੜਾ ਆਨਸਰ ਹੈ ਉਹ ਹੈ ਆਪਸ਼ਨ 2, ਆਮ ਨਾਮ। ਪੰਜਾਬਾਂ ਸ਼ਬਦ ਹੈ ਜਿਹੜਾ ਆ ਨਾਮ ਹੈ ਇਹ ਆਮ ਨਾਮ ਹੈ। ਨੈਕਸਟ ਹੈ ਜੀ ਕੁਐਸਚਨ ਨੰਬਰ 25, ਸੰਖਿਆਵਾਚਕ ਵਿਸ਼ੇਸ਼ਣ ਦੀਆਂ ਕਿਸਮਾਂ ਹੁੰਦੀਆਂ ਹਨ। ਆਪਸ਼ਨ ਏ ਹੈ ਜੀ 4, ਆਪਸ਼ਨ 2 ਹੈ ਜੀ 5, ਆਪਸ਼ਨ 3 ਹੈ 6, ਆਪਸ਼ਨ 4 ਹੈ 7। ਤਾਂ ਸੰਖਿਆਵਾਚਕ ਦੀਆਂ ਜਿਹੜੀਆਂ ਕਿਸਮਾਂ ਹੁੰਦੀਆਂ ਨੇ ਉਹ 7 ਹੁੰਦੀਆਂ ਨੇ। ਆਪਸ਼ਨ 4 ਹੈ ਜਿਹੜਾ ਉਹ ਆਪਣਾ ਆਨਸਰ ਹੈ। ਨੈਕਸਟ ਹੈ ਜੀ ਕੁਐਸਚਨ ਨੰਬਰ 26, ਵਰਤੋਂ ਦੇ ਆਧਾਰ 'ਤੇ ਸੰਬੰਧਕ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਹਨ? ਤਾਂ ਇਸਦਾ ਜਿਹੜਾ ਆਨਸਰ ਹੈ ਉਹ ਹੈ ਆਪਸ਼ਨ 1 ਹੈ ਜੀ 1, 2 ਹੈ 2, 3 ਹੈ 5, ਆਪਸ਼ਨ 4 ਹੈ 3। ਤਾਂ ਸਹੀ ਜਿਹੜਾ ਇਸ ਆਨਸਰ ਹੈ ਉਹ ਹੈ ਆਪਸ਼ਨ 4, ਵਰਤੋਂ ਦੇ ਆਧਾਰ 'ਤੇ ਜਿਹੜੀਆਂ ਸੰਬੰਧਕ ਦੀਆਂ ਕਿਸਮਾਂ ਨੇ ਉਹ 3 ਹੁੰਦੀਆਂ ਨੇ। ਨੈਕਸਟ ਹੈ ਜੀ, ਤੁਸੀਂ ਮੇਰਾ ਸਾਡਾ ਸ਼ਬਦ ਹੇਠ ਲਿਖਿਆਂ ਵਿੱਚੋਂ ਕੀ ਹਨ? ਆਪਸ਼ਨ 1 ਹੈ ਜੀ ਪੜਨਾਮ, ਆਪਸ਼ਨ 2 ਹੈ ਕਿਰਿਆ, ਆਪਸ਼ਨ 3 ਹੈ ਨਾਮ, ਆਪਸ਼ਨ 4 ਹੈ ਵਿਸ਼ੇਸ਼ਣ। ਤਾਂ ਇਸਦਾ ਜਿਹੜਾ ਆਨਸਰ ਹੈ ਉਹ ਹੈ ਆਪਸ਼ਨ 1, ਪੜਨਾਮ। ਪੜਨਾਮ ਕੀ ਹੁੰਦੇ ਨੇ? ਜਿਹੜੇ ਸ਼ਬਦ ਨਾਮ ਦੀ ਥਾਂ 'ਤੇ ਵਰਤੇ ਜਾਂਦੇ ਨੇ, ਜਿਵੇਂ ਇਹ ਮੇਰਾ, ਉਹ ਤੇਰਾ, ਸਾਡਾ, ਇਹ ਸਾਰੇ ਪੜਨਾਮ ਨੇ। ਤਾਂ ਤੁਸੀਂ ਮੇਰਾ ਸਾਡਾ ਇਹ ਸਭ ਪੜਨਾਮ ਨੇ। ਕਿਰਿਆ ਕੀ ਹੁੰਦਾ? ਵਰਬ, ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਹਾਂ, ਜਿਸ ਸ਼ਬਦ ਤੋਂ ਕਿਸੇ ਕੰਮ ਦੇ ਹੋਣ ਜਾਂ ਕਰਨ ਦਾ ਪਤਾ ਲੱਗਦਾ ਉਸਨੂੰ ਕਿਰਿਆ ਕਿਹਾ ਜਾਂਦਾ ਹੈ। ਨਾਮ ਕੀ ਹੁੰਦਾ? ਜਿਸ ਤੋਂ ਕਿਸੇ ਵਿਅਕਤੀ, ਸਥਾਨ ਆਦਿ ਦਾ ਨਾਮ ਪਤਾ ਲੱਗਦਾ ਉਸਨੂੰ ਨਾਮ ਕਿਹਾ ਜਾਂਦਾ, ਇੰਗਲਿਸ਼ 'ਚ ਨਾਊਨ ਕਹਿੰਦੇ ਹਾਂ। ਵਿਸ਼ੇਸ਼ਣ ਕੀ ਹੁੰਦਾ? ਜੋ ਸ਼ਬਦ ਵਿਸ਼ੇਸ਼ਤਾ ਦੱਸਦੇ ਨੇ ਕਿ ਚੀਜ਼ ਕਿਸ ਤਰ੍ਹਾਂ ਦੀ ਹੈ। ਜਿਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਕਾਲੇ ਰੰਗ ਦਾ ਘੋੜਾ, ਤਾਂ ਇਸਦੇ ਵਿੱਚ ਕਾਲਾ ਜਿਹੜਾ ਉਹ ਘੋੜੇ ਦੀ ਵਿਸ਼ੇਸ਼ਤਾ ਹੈ। ਤਾਂ ਇਹ ਸ਼ਬਦ ਜਿਹੜੇ ਵਿਸ਼ੇਸ਼ਤਾ ਦੱਸਦੇ ਨੇ ਨਾਮ ਜਾਂ ਪੜਨਾਮ ਦੀ, ਉਸਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਔਰ ਅੱਗੇ ਹੈ ਜੀ ਪ੍ਰਸ਼ਨ ਨੰਬਰ 28, ਹੇਠ ਲਿਖਿਆਂ ਵਿੱਚੋਂ ਵਿਸ਼ੇਸ਼ਣ ਕਿਹੜੇ ਹਨ? ਪੈਂਟ ਕਮੀਜ਼, 2 ਹੈ ਚੰਗਾ ਕਾਲਾ, 3 ਹੈ ਉਹ ਇਹ, 4 ਹੈ ਮਹਿੰਦਰ ਸੁਰਿੰਦਰ। ਜਿਵੇਂ ਹੁਣੇ ਆਪਾਂ ਗੱਲ ਕਰਕੇ ਹਟੇ ਹਾਂ ਕਿ ਜੋ ਚੀਜ਼ ਤੋਂ ਕਿਸੇ ਦਾ ਨਾਮ ਪਤਾ ਲੱਗਦਾ ਹੈ, ਜਿਵੇਂ ਮਹਿੰਦਰ ਸੁਰਿੰਦਰ ਇਹ ਨਾਮ ਨੇ, ਉਹ ਇਹ ਪੜਨਾਮ ਨੇ, ਪੈਂਟ ਕਮੀਜ਼ ਵੀ ਨਾਮ ਨੇ, ਔਰ ਚੰਗਾ ਕਾਲਾ ਜਿਹੜਾ ਇਹ ਵਿਸ਼ੇਸ਼ਤਾ ਦੱਸਦੇ ਨੇ, ਜਿਵੇਂ ਉਹ ਬਹੁਤ ਚੰਗਾ ਮੁੰਡਾ ਹੈ। ਤਾਂ ਚੰਗਾ ਕੀ ਹੈ? ਉਸਦੀ ਵਿਸ਼ੇਸ਼ਤਾ ਹੈ ਮੁੰਡੇ ਦੀ। ਕਾਲਾ ਘੋੜਾ, ਕਾਲਾ ਜਿਹੜਾ ਸ਼ਬਦ ਹੈ ਉਹ ਵਿਸ਼ੇਸ਼ਤਾ ਹੈ ਘੋੜੇ ਦੀ। ਸੋ ਇਸ ਕਰਕੇ ਚੰਗਾ ਅਤੇ ਕਾਲਾ ਜਿਹੜਾ ਇਹ ਵਿਸ਼ੇਸ਼ਣ ਹਨ। ਸਾਡਾ ਜਿਹੜਾ ਆਨਸਰ ਹੈ ਆਪਸ਼ਨ 2 ਹੈ। 29 ਨੰਬਰ ਹੈ ਜੀ, ਤਕਾਲਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ। ਆਪਸ਼ਨ 1 ਹੈ ਜੀ ਸ਼ਾਮ, ਆਪਸ਼ਨ 2 ਹੈ ਜੀ ਆਥਣ, ਨੰਬਰ 3 ਹੈ ਜੀ ਦੇਰ, ਨੰਬਰ 4 ਹੈ ਸਵੇਰ। ਔਰ ਇੱਥੇ ਜਿਹੜਾ ਸ਼ਾਮ ਅਤੇ ਆਥਣ, ਔਰ ਆਪਾਂ ਇਸਦਾ ਵਿਰੋਧੀ ਚੁਣਨਾ ਹੈ। ਤਾਂ ਜਿਹੜੇ ਸ਼ਾਮ ਔਰ ਆਥਣ ਨੇ ਇਹ ਇਹਦੇ ਸਮਾਨ ਅਰਥਕ ਨੇ। ਤਕਾਲਾ ਨੂੰ ਜਿਵੇਂ ਆਪਾਂ ਇੰਗਲਿਸ਼ ਆਪਾਂ ਕਹਿ ਸਕਦੇ ਹਾਂ ਈਵਨਿੰਗ, ਸ਼ਾਮ ਨੂੰ ਤਕਾਲਾ ਵੀ ਕਿਹਾ ਜਾਂਦਾ ਹੈ, ਆਥਣ ਵੀ ਕਿਹਾ ਜਾਂਦਾ ਹੈ, ਔਰ ਇਹਦਾ ਵਿਰੋਧੀ ਅਪੋਜ਼ਿਟ ਸ਼ਬਦ ਹੈ ਉਹ ਹੈ ਸਵੇਰ। ਅੱਗੇ ਹੈ ਜੀ ਕੁਐਸਚਨ ਨੰਬਰ 3, ਸਰਬਜੀਤ ਬਹਾਦਰ ਹੈ ਵਾਕ ਵਿੱਚ ਸਸਰੰਗੀ ਕਿਰਿਆ ਕਿਹੜੀ ਹੈ? ਸਸਰੰਗੀ ਦਾ ਮਤਲਬ ਸਹਾਇਕ ਕਿਰਿਆ, ਹੈਲਪਿੰਗ ਵਰਬ ਕਿਹੜੀ ਹੈ? ਤਾਂ ਆਪਸ਼ਨ ਏ ਹੈ, ਆਪਸ਼ਨ 2 ਹੈ ਸਰਬਜੀਤ, ਆਪਸ਼ਨ 3 ਹੈ ਬਹਾਦਰ, ਆਪਸ਼ਨ 4 ਹੈ ਕੋਈ ਵੀ ਨਹੀਂ। ਤਾਂ ਇਸਦਾ ਜਿਹੜਾ ਆਨਸਰ ਹੈ ਉਹ ਹੈ ਆਪਸ਼ਨ 1, ਹੈ। ਹੈ ਜਿਹੜਾ ਇਹ ਸਸਰੰਗੀ ਕਹਿ ਸਕਦੇ ਆਪਾਂ, ਜਾਂ ਕਹਿ ਸਕਦੇ ਹਾਂ ਕਿ ਸਹਾਇਕ ਕਿਰਿਆ ਹੈ। ਸੋ ਉਮੀਦ ਹੈ ਕਿ ਵੀਡੀਓ ਤੁਹਾਨੂੰ ਅੱਛੀ ਲੱਗੇਗੀ। ਅੱਛੀ ਲੱਗੇ ਤਾਂ ਪਲੀਜ਼ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਲਾਈਕ ਕਰੋ, ਔਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਫੋਰ ਵਾਚਿੰਗ ਦਾ ਵੀਡੀਓ।